ਤੇ ਉਧਰ ਘਟੀਆ ਮਟੀਰੀਅਲ ਵਰਤਨ ਦੇ ਵਿਰੋਧ ਵਿੱਚ ਬਰਨਾਲਾ ਆਰਤੀ ਯੂਨੀਅਨ ਮੈਦਾਨ ਵਿੱਚ ਆ ਗਈ ਹੈ। ਆੜਤੀਆਂ ਨੇ ਕਾਰਜਕਾਰੀ ਇੰਜੀਨੀਅਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜਾਂਚ ਦੀ ਮੰਗ ਕੀਤੀ ਹੈ। ਜੇਕਰ ਆੜਤੀਆਂ ਦੀ ਗੱਲ ਕਰੀਏ ਤਾਂ 40 ਸਾਲ ਬਾਅਦ ਇਹ ਫਰਸ਼ ਬਣਨ ਜਾ ਰਿਹਾ ਸੀ, ਪਰ ਇਸ ਵਿੱਚ ਵੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਤੇ ਵਿਰੋਧ ਕਰਨ ਤੇ ਅਧਿਕਾਰੀ ਨੇ ਚੁੱਪਚਾਪ ਉਸ ਮਟੀਰੀਅਲ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਆੜਤੀਆਂ ਨੇ ਕਾਰਜਕਾਰੀ ਇੰਜੀਨੀਅਰ ਦੁਆਰਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ 1 ਕਰੋੜ ਦੀ ਅਦਾਇਗੀ ਠੇਕੇਦਾਰ ਨੂੰ ਕਰਨ ਤੇ ਵੀ ਸਵਾਲ ਉਠਾਏ। ਮੰਡੀ ਦਾ ਕੰਮ ਸ਼ੁਰੂ ਹੋ ਚੁੱਕਿਆ ਪਰ ਫਰਸ਼ ਦਾ ਕੰਮ ਅਧੂਰਾ ਹੈ। ਕਿਸਾਨਾਂ ਨੂੰ ਜਿਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਘਟੀਆ ਮਟੀਰੀਅਲ ਵਰਤਨ ਦੇ ਦੋਸ਼ਾਂ ਨੂੰ ਮਨਾ ਕਰਦੇ ਹੋਏ ਕਾਰਜਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਫਰਸ਼ ਦੇ ਕੁਝ ਹਿੱਸੇ ਵਿੱਚ ਥੋੜੀ ਕਮੀ ਰਹਿ ਗਈ ਸੀ ਜਿਸ ਨੂੰ ਦੁਬਾਰਾ ਠੀਕ ਕੀਤਾ ਜਾ ਰਿਹਾ ਸੀ। ਉਧਰ ਆੜਤੀ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਨੇ। ਕੰਮ 'ਚ ਰੁਕਾਵਟ ਇਹ ਆ ਗਈ ਜੀ, ਜਿਹੜਾ ਮਟੀਰੀਅਲ ਹੈ ਬਹੁਤ ਮਾੜਾ ਪਾ ਰਹੇ ਆ। ਅਸੀਂ ਜਦੋਂ ਸਵੇਰੇ ਸਾਨੂੰ ਪਤਾ ਲੱਗਿਆ, ਸੋਮਨਾਥ ਜੀ ਨੇ ਫੋਨ ਕੀਤਾ ਤਾਂ ਅਸੀਂ ਵੇਖਿਆ ਕਿ ਤਾਂ ਇਹ ਮਟੀਰੀਅਲ ਜਿਹੜਾ ਪੱਟੀ ਜਾਂਦੇ ਸੀ ਅਤੇ ਨਾਲ ਦੀ ਜਿਹੜਾ ਖਪਤ ਕਰਨਾ ਚਾਹੁੰਦੇ ਸੀਗੇ, ਜਦੋਂ ਹਾਂ ਖੁਰਦਵਰਦ ਕਰਨਾ ਚਾਹੁੰਦੇ ਸੀ, ਅਸੀਂ ਮੌਕੇ 'ਤੇ ਮੈਂ ਚੱਕ ਨਹੀਂ ਦਿੱਤਾ। ਇਹ ਸਾਰੀ ਮੰਡੀ ਚੱਕ ਹੋਣੀ ਚਾਹੀਦੀ ਆ। ਇਹ ਮੰਡੀ ਬੋਰਡ ਐਕਸ਼ਨ ਦੇ ਮਿਲੀ ਭੋਤ ਕਰਕੇ ਜੋ ਜਿੰਨਾ ਵੀ ਮਾਲ ਮਟੀਰੀਅਲ ਵਿੱਚ ਇਹਦੇ ਮਾੜਾ ਪਿਆ ਉਹ ਥਾਂ ਥਾਂ ਤੋਂ ਚੱਕ ਕਰਿਆ ਜਾਵੇ ਅਤੇ ਮੰਡੀ ਬੋਰਡ ਦੇ ਐਕਸ਼ਨ 'ਤੇ ਕਾਰਵਾਈ ਹੋਣੀ ਚਾਹੀਦੀ ਆ ਅਤੇ ਠੇਕੇਦਾਰ 'ਤੇ ਕਾਰਵਾਈ ਹੋਣੀ। ਅਤੇ ਸਾਡੀਆਂ ਦੁਕਾਨਾਂ 'ਤੇ ਜਿਹੜਾ ਫੜ ਲੱਗ ਰਿਹਾ ਸੀਗਾ, ਜਦੋਂ ਸਾਡੇ ਨਿਗਾਹ ਆਇਆ ਅਸੀਂ ਮਹਿਕਮੇ ਦੇ ਨਿਗਾਹ ਲਿਆਤਾ ਅਤੇ ਅਸੀਂ ਮਹਿਕਮੇ ਤੋਂ ਮੰਗ ਕਰਦੇ ਜਿਹੜਾ ਫੜ ਲੱਗ ਚੁੱਕਿਆ ਉਹਦੀ ਥਾਂ ਥਾਂ ਸੈਂਪਲ ਲੈ ਕੇ ਚੈਕਿੰਗ ਕੀਤੀ ਜਾਵੇ ਵੀ ਜੇ ਗੌਰਮੈਂਟ ਦੀ ਸਪੈਸੀਫਿਕੇਸ਼ਨ ਮੁਤਾਬਕ ਹੈ ਤਾਂ ਠੀਕ ਹੈ, ਨਹੀਂ ਉਹਨੂੰ ਪਟਾ ਕੇ ਦੁਬਾਰਾ ਲਗਾਇਆ ਜਾਵੇ। ਮੰਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈਗਾ, ਕਣਕ ਆਉਣੀ ਸ਼ੁਰੂ ਹੋ ਗਈ ਹੈ, ਪਰ ਇਹ ਫੜ ਹਾਲੇ ਤੱਕ ਤਿਆਰ ਨਹੀਂ ਹੋਇਆ। ਸਾਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਵੀ 1 ਅਪ੍ਰੈਲ ਤੱਕ ਫੜ ਤਿਆਰ ਹੋ ਜਾਊਗਾ, ਲੇਕਿਨ ਅੱਜ ਅਸੀਂ ਜੋ ਸਵੇਰੇ ਆ ਕੇ ਦੇਖਿਆ ਤਾਂ ਸਮਿੰਟ ਇੱਥੇ ਕੋਈ ਲੱਗ ਨਹੀਂ ਸੀ ਰਿਹਾ, ਸਾਰਾ ਰੇਤਾ ਹੀ ਲੱਗ ਰਿਹਾ ਸੀ। ਜਦੋਂ ਅਸੀਂ ਪਟਾ ਕੇ ਦੇਖਿਆ ਤਾਂ ਸਾਰਾ ਰੇਤਾ ਹੀ ਨਿਕਲਿਆ ਇੱਥੋਂ। ਦੇਖੋ ਜੀ, ਗੱਲ ਇਹ ਆ 90 ਲੱਖ ਦਾ ਕੰਮ ਸੀ, ਇਹਦੇ ਵਿੱਚ ਸਿਰਫ 48 ਲੱਖ ਦੀ ਪੇਮੈਂਟ ਕੀਤੀ ਆ ਆਪਾਂ, ਅਤੇ ਇਹਦਾ ਕੰਮ 90% ਪਿਛਲੇ 1.5 ਮਹੀਨੇ 'ਚ ਪੂਰੇ ਤਸੱਲੀ ਬਖਸ਼ ਤਰੀਕੇ ਨਾਲ ਮੁਕੰਮਲ ਹੋ ਗਿਆ, ਤੁਸੀਂ ਦੇਖ ਸਕਦੇ ਹੋ। ਜਿਹੜਾ ਇਹ ਮੁੱਦਾ ਹੋਇਆ, ਇਹ ਪਰਸੋਂ ਰਾਤ ਨੂੰ ਨਵੀਂ ਲੇਬਰ ਆਈ ਸੀ, ਉਹਨਾਂ ਨੇ ਮਟੀਰੀਅਲ ਪੁਰਾਣਾ ਡਿਸਕਾਰਡਡ ਪਿਆ ਸੀ ਉਹਨੂੰ ਸਾਫ਼ ਨਹੀਂ ਕੀਤਾ ਅਤੇ ਉਹਦੀ ਬਜਾਏ ਉੱਪਰ ਹੀ ਪਾਤਾ। ਸਵੇਰੇ ਸਾਡੇ ਬੰਦੇ ਨੇ ਆ ਕੇ ਚੈੱਕ ਕੀਤਾ ਤਾਂ ਸਿਰਫ 2 ਪੈਨਲ ਸੀ, ਉਹ ਪਰਸ 'ਚ ਹੀ ਦੇਖ ਰਹੇ। ਕੋਈ ਪੇਮੈਂਟ ਨਹੀਂ ਹੋਈ ਇਹਦੀ, ਕੋਈ ਮਟੀਰੀਅਲ ਨਹੀਂ ਮਾੜਾ ਹੈਗਾ ਇਹਦੀ, ਵਗੈਰਾ ਸਟਰੈਂਥ ਚੈੱਕ ਕੀਤੀ ਜਾਂਦੀ ਆ, ਸਟਰੈਂਥ ਚੈੱਕ ਕਰਨ ਉਪਰੰਤ ਹੀ ਇਹਨੂੰ ਪੂਰੀ ਪੇਮੈਂਟ ਕੀਤੀ ਜਾਊਗੀ। ਆਹ ਦੇਖੋ, ਅੱਜ ਕੱਲ੍ਹ ਦਾ ਪਾਇਆ ਦੇਖੋ, JCB ਦੇ ਇੱਥੇ ਮਾਰਿਆ ਪੱਟ ਨਹੀਂ ਹੋਇਆ, ਸਿਰਫ 2 ਦਿਨ ਹੋਏ ਇਹਨੂੰ ਪਾਏ ਨੂੰ। ਅੱਜ ਪ੍ਰਦਰਸ਼ਨ ਤੋਂ ਬਾਅਦ ਅਸੀਂ ਆਪਣੀ ਕਾਂਗਰਸੀ ਟੀਮ ਬਣਾ ਕੇ ਮੰਡੀ ਦਾ ਦੌਰਾ ਕੀਤਾ ਸੀ, ਉੱਥੇ ਦੇਖਿਆ ਵੀ ਜਿਸ ਤਰ੍ਹਾਂ ਇਹ ਕਹਿ ਰਹੇ ਨੇ 6 ਕਰੋੜ ਰੁਪਇਆ ਖਰਚ ਕੀਤਾ, ਅਸੀਂ ਉਸ ਹਿਸਾਬ ਨਾਲ ਤਾਂ ਲੱਗ ਹੀ ਨਹੀਂ ਰਿਹਾ ਵੀ ਇੰਨਾ ਰੁਪਇਆ ਖਰਚ ਕੀਤਾ ਹੋਇਆ। ਕੋਈ ਉੱਥੇ ਫੜ ਨਹੀਂ ਚੰਗੀ ਤਰ੍ਹਾਂ ਬਣੇ, ਕੋਈ ਡਿਵੈਲਪਮੈਂਟ ਨਹੀਂ ਹੈ, ਅਤੇ ਇਸ ਦੇ ਵਿੱਚ ਸਾਨੂੰ ਤਾਂ ਇਹ ਲੱਗਦਾ ਵੀ ਭ੍ਰਿਸ਼ਟਾਚਾਰੀ ਜ਼ਿਆਦਾ ਹੋਈ ਹੋਈ ਹੈ। ਮਤਲਬ ਇੱਕ ਦੀਵਾਰ ਬਣਾਈ ਹੈ ਜਿਹੜੀ, ਉਹਦਾ ਕੋਈ ਫਾਇਦਾ ਨਹੀਂ ਹੈ ਮਤਲਬ ਆਮ ਪਬਲਿਕ ਨੂੰ ਜਾਂ ਮੰਡੀ, ਕਿਉਂਕਿ ਅਵਾਰਾ ਪਸ਼ੂ ਅਜੇ ਵੀ ਅੰਦਰ ਘੁੰਮਦੇ ਫਿਰਦੇ ਨੇ, ਉਹ ਇਹ ਨਹੀਂ ਹੈ ਵੀ ਉਹਦੇ ਨਾਲ ਪਸ਼ੂ ਕੋਈ ਰੁਕ ਗਏ ਨੇ। ਅਤੇ ਜਿਹੜੀ ਘਟੀਆ ਮਟੀਰੀਅਲ ਵਗੈਰਾ ਜਾਂ ਫੜ 'ਤੇ ਪੈਸਾ ਇੰਨਾ ਖਰਚਾ ਸਾਨੂੰ ਲੱਗ ਨਹੀਂ ਰਿਹਾ। ਕੈਪਟਨ ਸਾਹਿਬ ਨੇ ਵਾਅਦਾ ਕੀਤਾ ਹੈਗਾ ਵੀ ਕੋਈ ਭ੍ਰਿਸ਼ਟਾਚਾਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅੱਜ ਅਸੀਂ ਜੋ ਦੇਖਿਆ ਕੋਈ ਡਿਵੈਲਪਮੈਂਟ ਇੱਥੇ ਨਹੀਂ ਲੱਗ ਰਹੀ ਸਾਨੂੰ। ਇਸ ਤੋਂ ਬਾਅਦ ਜਿਹੜਾ ਵੀ ਇਹਦੇ ਵਿੱਚ ਕੋਈ ਭ੍ਰਿਸ਼ਟਾਚਾਰ ਜਾਂ ਕੋਈ ਦੋਸ਼ੀ ਪਾਇਆ ਗਿਆ, ਸਰਕਾਰ ਕਹਿੰਦੀ ਉਹਦੀ ਜਾਂਚ ਕਰਾਈ ਜਾਊ, ਜਿਹੜੇ ਵੀ ਕਾਨੂੰਨੀ ਕਾਰਵਾਈ ਹੋਊ ਉਹ 'ਤੇ ਕੀਤੀ ਜਾਣੀ ਹੈ।